ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲੋਂ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ, ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 3 ਮਾਈਕਰੋਸੋਫਟ ਐਕਸਲ ਭਾਗ 1 ਵਿੱਚ ਇਸ ਪਾਠ ਤੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ। ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮਾਈਕਰੋਸੋਫਟ ਐਕਸਲ ਨੂੰ MS Excel ਵੀ ਕਿਹਾ ਜਾਂਦਾ ਹੈ। ਇਹ ਸਪਰੈਡਸ਼ੀਟ ਸੋਫਟਵੇਅਰ ਹੈ ਤਾਂ ਇਸ ਦੀ ਵਰਤੋਂ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਤੇ MS Excel ਜਦੋਂ ਅਸੀਂ ਕੰਮ ਕਰਦੇ ਹਾਂ ਤੇ ਇਸ ਦੀ ਸਕਰੀਨ ਜਿਹੜੀ ਹੈ ਉਹ ਰੋਜ਼ ਅਤੇ ਕੋਲਮਾਂ ਵਿੱਚ ਵੰਡੀ ਹੁੰਦੀ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤੇ ਪਹਿਲਾ ਪ੍ਰਸ਼ਨ ਹੈ MS Excel ਨੂੰ ਪ੍ਰਭਾਸ਼ਿਤ ਕਰੋ ਕਿ MS Excel ਹੁੰਦੀ ਕੀ ਹੈ। ਇਸ ਦਾ ਪੂਰਾ ਨਾਮ ਮਾਈਕਰੋਸੋਫਟ ਐਕਸਲ ਹੈ। ਇਹ ਮਾਈਕਰੋਸੋਫਟ ਕੰਪਨੀ ਦਾ ਉਤਪਾਦ ਹੈ। ਇਹ ਐਪਲੀਕੇਸ਼ਨ ਸੋਫਟਵੇਅਰ ਹੈ। ਇਸ ਨੂੰ ਸਪਰੈਡਸ਼ੀਟ ਸੋਫਟਵੇਅਰ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਗਣਿਤਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੀ ਜਾਂਦੀ ਹੈ। ਮੀਨਸ ਕਿ ਜੇਕਰ ਤੁਸੀਂ ਕਿਸੇ ਵੀ ਕਿਸਮ ਦੀ ਕੈਲਕੂਲੇਸ਼ਨ ਕਰਨੀ ਹੈ ਚਾਹੇ ਮੈਥਮੈਟੀਕਲ ਸਾਇੰਟਿਫਿਕ ਉਹ ਅਸੀਂ ਆਸਾਨੀ ਨਾਲ MS Excel 'ਚ ਕਰ ਸਕਦੇ ਹਾਂ। ਤੇ MS Excel ਦੀ ਸਕਰੀਨ ਕੁਛ ਇਸ ਤਰ੍ਹਾਂ ਨਜ਼ਰ ਆਉਂਦੀ ਹੈ। ਜਦਕਿ ਤੁਸੀਂ ਜੋ MS Word 'ਚ ਕੰਮ ਕੀਤਾ ਸੀ MS Word ਦੀ ਸਕਰੀਨ ਜਿਹੜੀ ਹੈ ਉਹ ਪਿਓਰ ਵਾਈਟ ਹੁੰਦੀ ਹੈ ਬਟ ਇਹਦੀ ਜਿਹੜੀ ਐਕਸਲ ਸਕਰੀਨ ਹੁੰਦੀ ਹੈ ਵੀ ਪਿਓਰ ਵਾਈਟ ਹੈ ਬਟ ਇਹਦੇ 'ਚ ਜਿਹੜੀ ਸਕਰੀਨ ਹੈ ਰੋ ਅਤੇ ਕੋਲਮਾਂ ਵਿੱਚ ਵੰਡੀ ਹੁੰਦੀ ਹੈ। ਨੰਬਰ 2 MS Excel ਦੇ ਕੀ ਉਪਯੋਗ ਹਨ। MS Excel ਦੇ ਮੁੱਖ ਉਪਯੋਗ ਹੇਠ ਲਿਖੇ ਅਨੁਸਾਰ ਹਨ। ਨੰਬਰ 1 MS Excel ਦੀ ਵਰਤੋਂ ਗਣਿਤਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੀ ਜਾਂਦੀ ਹੈ। ਨੰਬਰ 2 MS Excel ਦੀ ਵਰਤੋਂ ਟਾਈਮ ਟੇਬਲ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਮੀਨਸ ਕਿ ਆਪਾਂ ਜਦੋਂ ਸਕੂਲ 'ਚ ਟੀਚਰ ਟਾਈਮ ਟੇਬਲ ਤਿਆਰ ਕਰਦੇ ਹਾਂ ਉਹ ਅਸੀਂ MS Excel ਦੇ ਵਿੱਚ ਹੀ ਟਾਈਪ ਕਰਦੇ ਹਾਂ। ਨੰਬਰ 3 MS Excel ਦੀ ਵਰਤੋਂ ਵਿਦਿਆਰਥੀਆਂ ਦੇ ਨਤੀਜੇ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਮੀਨਸ ਕਿ ਜੋ ਆਪਾਂ ਸਕੂਲ ਲੈਵਲ 'ਤੇ ਰਿਜ਼ਲਟ ਤਿਆਰ ਕਰਦੇ ਹਾਂ ਉਹ ਅਸੀਂ ਐਕਸਲ 'ਚ ਤਿਆਰ ਕਰ ਸਕਦੇ ਹਾਂ ਕਿਉਂਕਿ ਐਕਸਲ ਦੇ ਵਿੱਚ ਜਿਹੜੇ ਕੈਲਕੂਲੇਸ਼ਨਸ ਹੈ ਉਹ ਆਸਾਨੀ ਨਾਲ ਕੀਤੀਆਂ ਜਾ ਸਕਦੀਆਂ ਨੇ। ਨੰਬਰ 4 MS Excel ਦੀ ਵਰਤੋਂ ਕਰਮਚਾਰੀਆਂ ਦੀਆਂ ਤਨਖਾਹਾਂ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਮੀਨਸ ਜੇ ਮੰਨ ਲਓ ਕੋਈ ਸੰਸਥਾ ਹੈ, ਸਕੂਲ ਹੈ, ਉਹ 'ਚ ਜਿੰਨੇ ਵੀ ਕਰਮਚਾਰੀ ਕੰਮ ਕਰਦੇ ਆ, ਇੰਪਲੋਈਜ਼ ਕੰਮ ਕਰਦੇ ਹੈ, ਉਹ ਕਰਮਚਾਰੀਆਂ ਨੂੰ ਦਿੱਤੀ ਵਾਲੀ ਤਨਖਾਹਾਂ 'ਚ ਜਿਹੜੇ ਜਿਹੜੇ ਪੱਤੇ ਸ਼ਾਮਲ ਨੇ ਜਾਂ ਜਿਹੜੀ ਡਿਡਕਸ਼ਨ ਕੀਤੀ ਜਾਂਦੀ ਹੈ ਉਹ ਅਸੀਂ ਐਕਸਲ ਵਿੱਚ ਆਸਾਨੀ ਨਾਲ ਕਰ ਸਕਦੇ ਹਾਂ। ਅਗਲਾ ਕੁਸ਼ਚਨ ਹੈ MS Excel ਵਿੱਚ ਰਿਬਨ ਦੀ ਵਿਆਖਿਆ ਕਰੋ। ਰਿਬਨ MS Excel ਦਾ ਭਾਗ ਹੈ। ਰਿਬਨ MS Excel ਵਿੰਡੋ ਦੇ ਉੱਪਰਲੇ ਪਾਸੇ ਮੌਜੂਦ ਹੁੰਦਾ ਹੈ। ਇਹ ਟੈਬਸ ਅਤੇ ਆਈਕਨਸ ਦਾ ਇੱਕ ਪੈਨਲ ਹੁੰਦਾ ਹੈ। MS Excel ਦੀਆਂ ਸਾਰੀਆਂ ਕਮਾਂਡਸ ਰਿਬਨ ਵਿੱਚ ਹੀ ਉਪਲਬਧ ਹੁੰਦੀਆਂ ਹਨ। MS Excel ਰਿਬਨ ਵਿੱਚ 7 ਟੈਬਸ ਹੋਮ, ਇਨਸਰਟ, ਪੇਜ ਲੇਆਊਟ, ਫਾਰਮੂਲਾਸ, ਡਾਟਾ, ਰਿਵਿਊ ਅਤੇ ਵਿਊ ਹੁੰਦੀਆਂ ਹਨ। ਤੁਸੀਂ ਦੇਖ ਸਕਦੇ ਹੋ ਇਹ ਪੂਰਾ ਪੂਰਾ ਰਿਬਨ ਨਜ਼ਰ ਆ ਰਿਹਾ ਹੈ ਜਿਸ 'ਚ ਹੋਮ, ਇਨਸਰਟ, ਪੇਜ ਲੇਆਊਟ, ਫਾਰਮੂਲਾਸ, ਡਾਟਾ, ਰਿਵਿਊ, ਵਿਊ, ਡਿਵੈਲਪਰ ਇਹ ਸਾਰੀਆਂ ਕੀ ਨੇ, ਇਹ ਸਾਰੀਆਂ ਕੀ ਨੇ, ਟੈਬਸ। ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਇਹਦੇ ਨੀਚੇ ਪੇਸਟ, ਕੱਟ, ਕਾਪੀ ਵਗੈਰਾ ਆਪਸ਼ਨ ਨਜ਼ਰ ਆ ਰਹੇ ਨੇ। ਇਹ ਵੀ ਸਾਰਾ ਕੀ ਨੇ, ਰਿਬਨ ਦੇ ਅੰਦਰ ਐਕਸਲ ਦੀਆਂ ਕਮਾਂਡਸ ਨੇ। ਨੰਬਰ 4 ਨੇਮ ਬੋਕਸ ਕੀ ਹੁੰਦਾ ਹੈ। ਨੇਮ ਬੋਕਸ ਫਾਰਮੂਲਾ ਬਾਰ ਦਾ ਭਾਗ ਹੈ। ਨੀਚੇ ਦੇਖ ਸਕਦੇ ਹੋ ਜਿੱਥੇ ਐਫ ਐਕਸ ਲਿਖਿਆ ਆ ਰਿਹਾ ਵਾਈਟ ਕਲਰ ਰਾਈਟ ਸਾਈਡ ਨਜ਼ਰ ਆ ਰਹੀ ਹੈ ਫਾਰਮੂਲਾ ਬਾਰ ਹੈ ਜਿੱਥੇ ਸਾਡੇ ਸੈੱਲ ਦਾ ਐਡਰੈਸ ਨਜ਼ਰ ਆਉਂਦਾ ਹੈ। ਨੇਮ ਬੋਕਸ ਫਾਰਮੂਲਾ ਬਾਰ ਦੇ ਖੱਬੇ ਪਾਸੇ ਨਜ਼ਰ ਆਉਂਦਾ ਹੈ। ਫਾਰਮੂਲਾ ਬਾਰ ਦੇ ਖੱਬੇ ਪਾਸੇ ਤੁਹਾਨੂੰ A1 ਲਿਖਿਆ ਆ ਰਿਹਾ। A1 ਦਾ ਮਤਲਬ ਹੈ ਕਿ ਸਾਡਾ ਜਿਹੜਾ ਕਰਜ਼ਰ ਹੈ ਉਹ ਕਿੱਥੇ ਹੈ, A ਦੇ ਨੀਚੇ ਦੇ 1 ਦੇ ਸਾਹਮਣੇ, ਮਤਲਬ A ਕੋਲਮ ਦੇ ਨੀਚੇ ਦੇ 1 ਰੋ ਦੇ ਸਾਹਮਣੇ। ਇਹ ਐਕਟਿਵ ਸੈੱਲ ਦੇ ਐਡਰੈਸ ਨੂੰ ਦਿਖਾਉਂਦਾ ਹੈ। ਮੀਨਸ ਕਿ ਜਿਹੜੇ ਜਿਹੜੇ ਸੈੱਲ 'ਤੇ ਅਸੀਂ ਮੂਵ ਕਰਾਂਗੇ ਉਹਦੇ ਅਕੋਰਡਿੰਗਲੀ ਇੱਥੇ ਜਿਹੜਾ ਐਡਰੈਸ ਹੈ ਉਹ ਚੇਂਜ ਹੁੰਦਾ ਜਾਵੇਗਾ। ਨੇਮ ਬੋਕਸ ਦੀ ਵਰਤੋਂ ਕਿਸੇ ਸੈੱਲ, ਚਾਰਟ ਜਾਂ ਓਬਜੈਕਟ ਨੂੰ ਨਾਮ ਦੇਣ ਲਈ ਵੀ ਕੀਤੀ ਜਾਂਦੀ ਹੈ। ਮੰਨ ਲਓ ਤੁਸੀਂ ਕੋਈ ਸੈੱਲ ਸਿਲੈਕਟ ਕਰ ਲਏ ਹੈ ਜਾਂ ਕੋਈ ਚਾਰਟ ਬਣਾਇਆ ਜਾਂ ਕੋਈ ਹੋਰ ਪਿਕਚਰ ਲਗਾਈ ਹੈ, ਓਬਜੈਕਟ ਲਗਾਇਆ, ਉਹਨੂੰ ਵੀ ਅਸੀਂ ਨੇਮ ਬੋਕਸ ਦੀ ਮਦਦ ਨਾਲ ਨੇਮ ਦੇ ਸਕਦੇ ਹਾਂ। ਨੰਬਰ 5 MS Excel ਵਿੱਚ ਰੋਜ਼ ਅਤੇ ਕੋਲਮਸ ਦੀ ਵਿਆਖਿਆ ਕਰੋ। ਪਹਿਲੇ ਰੋਜ਼ ਦੀ ਗੱਲ ਕਰਦੇ ਹਾਂ।
एमएस एक्सल विच सैलां दीआं लेटवीआं लाइनां नूं रोज़ कहा जांदा है जिन्हों होरीजोंटल बोलते हैं। हर एक रो नूं नंबर नाल दर्शाया जाता है। रो दे नंबर एक तो लैके अगे एन तक चलते हैं। दसना चाहवांगा कि एम एस एक्सल दे विच जो तुसीं काम करदे हो उहदे विच जिहड़ियां रोज़ ने वह कितनी होंदी ने 10,48,576 रोज़। मतलब इन्नियां रोज़ असी जां इन्नियां रोज़ 'ते डाटा एंटर कर सकते हाँ। तो जे आपां कोलमां की गल करिए तो एम एस एक्सल विच सैलां दीआं खड़वीआं लाइनां नूं कोलम्स कहा जाता है। हर एक कोलम नूं अल्फाबैट्स नाल दर्शाया जाता है। कोलम्स नूं ए बी सी डी ई आदि नाल दर्शाया जाता है। मीनस तुसीं देख सकते हो कि कोलम जिहड़े आ अल्फाबैट तो शुरू होंदे ने ए तो अगे टोटल कोलमां की गिनती जिहड़ी है वह किन्नी हुंदी है 16,384। नैक्सट है वड्डे उत्तरां वाले प्रश्न। तो पहला प्रश्न है एम एस एक्सल वर्कशीट के मुढ़ले कारज की हैं। एम एस एक्सल वर्कशीट के मुढ़ले कारज हेठ लिखे अनुसार हैं। नंबर एक नवी वर्कशीट दाखिल करना। असी एम एस एक्सल विच शिफ्ट जमा एफ 11 की दी वरतों करके नवी वर्कशीट आसानी नाल दाखिल कर सकते हाँ। ये उस तो अलावा तुसी वर्कशीट दाखिल करनी है जो तुसी एक्सल खोलोगे तुहानू सब तो नीचे शीट 1 शीट 2 शीट 3 नज़र आएगा। जे नवी शीट इनसर्ट करनी है तो राइट क्लिक करके न्यू करके भी तुसी वर्कशीट एंटर कर सकते हो। नंबर दो वर्कशीट का नाम बदलना। असी एम एस एक्सल विच रीनेम कमांड की वरतों करके वर्कशीट का नाम बदल सकते हाँ। जो तुहानू पहले दस्सिया एक्सल खोलते हाँ नीचे लिखा हुंदा शीट 1 शीट 2 शीट 3। जेकर तुसी शीट ते जगह ते अपना नाम लिखना है जां कोई होर नाम लिखना है राइट क्लिक करके रीनेम करके तुसी नाम भी बदल सकते हो वर्कशीट का। नंबर तीन वर्कशीट नूं डिलीट करना। असी एम एस एक्सल विच डिलीट कमांड की वरतों करके वर्कशीट नूं डिलीट कर सकते हैं। वर्कशीट नूं डिलीट करने लई जिहड़ी शीट नूं डिलीट करना है और ते राइट क्लिक करके जिवें ही डिलीट कमांड आई क्लिक करांगे वह वर्कशीट डिलीट हो जाएगी। तो शीट नूं ध्यान नाल डिलीट करना है कि जिहड़ी शीट डिलीट हो जाती है वह डाटा भी नाल डिलीट हो जाएगा तो वापस नहीं आएगी चाहे तुसीं अंडू कमांड भी चलाओ। नंबर चार वर्कशीट नूं कॉपी करना। असी एम एस एक्सल विच कॉपी कमांड की मदद नाल वर्कशीट की डुप्लीकेट कॉपी तैयार कर सकते हाँ। तो डुप्लीकेट कॉपी बनाने लई वर्कशीट ते जाके राइट क्लिक करके कॉपी कमांड नाल तुसीं उहदी डुप्लीकेट कॉपी बना सकते हो। नंबर दो एम एस एक्सल दीआं विशेषतावां बारे दसो। एम एस एक्सल दीआं विशेषतावां हेठ लिखे अनुसार हैं। नंबर एक एम एस एक्सल विच असी डाटा का आसानी नाल विश्लेषण कर सकते हाँ। इस दे लई सोर्ट अते फिल्टर कमांड की वरतों हुंदी है। सोर्ट कमांड की मदद नाल असी डाटा नूं अल्फाबैटिकली वधदे अते घटदे क्रम च लगा सकते हाँ। तो फिल्टर कमांड नाल असी ओवर डाटा देख सकते हाँ जिसनों असी शो करना चाहते हाँ तो बाकी डाटा हाइड हो जाएगा जिहड़ा असी नहीं देखना चाहते। नंबर दो एम एस एक्सल विच असी कंडीशनल फॉरमैटिंग की मदद नाल डाटा नूं फॉरमैट कर सकते हाँ कि एक्सल दे विच असी कंडीशनल फॉरमैटिंग भी लगा सकते हाँ। नंबर तीन एम एस एक्सल विच असी डाटा नूं आसानी नाल स्टोर कर सकते हाँ। स्टोर करने लई असी सेव कमांड की वरतों करते हाँ। नंबर चार एम एस एक्सल विच असी फंक्शन अते फॉर्मूले लगा के गणनावां भी कर सकते हाँ। मीनस कि किसी भी तरह की कैलकुलेशन करनी है तो एम एस एक्सल च काफ़ी ज़्यादा फंक्शन मौजूद होंदे ने ते असी अपनी मर्जी नाल फॉर्मूले भी बना सकते हाँ। नंबर पांच एम एस एक्सल विच असी डाटा आसानी नाल लभ सकते हाँ। मीनस कि जेकर एक्सल दी शीट बहुत ज़्यादा डाटा है तो असी फाइंड कमांड की मदद नाल या कंट्रोल जमा एफ की दबा के डाटा नूं आसानी नाल फाइंड कर सकते हाँ। नंबर छे एम एस एक्सल विच असी पासवर्ड की वरतों करके वर्कशीट नूं सुरक्षित कर सकते हाँ। जिहड़ी साडी वर्कशीट है कोई उन्हों ओपन ना कर सके डाटा खराब ना कर सके तो असी पासवर्ड भी लगा सकते हाँ। प्रश्न नंबर तीन वर्कबुक अते वर्कशीट विच अंतर लिखो। लैफ्ट साइड से वर्कबुक ले आया तो राइट साइड से वर्कशीट। पहला पॉइंट वर्कबुक एम एस एक्सल की एक फाइल होंदी है मतलब कि वर्कबुक पूरी फाइल होंदी है जबकि वर्कशीट एक सिंगल पेज स्प्रैडशीट होंदी है। नंबर दो एक वर्कबुक विच कई वर्कशीटा होंदिया हैं मीनस कि जो तुसी एक्सल ओपन करते हो तो तीन वर्कशीट्स नज़र आएंगी। तो राइट साइड से एक वर्कशीट विच रोज़ अते कालम होंदे हैं जबकि वर्कशीट जिहड़ी है रोज़ अते कालमां दी बनी होंदी है। नंबर तीन वर्कशीट के अंदर वर्कबुक दाखिल नहीं की जा सकती। जिहड़ी तुहाडी वर्कशीट है उहदे अंदर असीं वर्कबुक दाखिल नहीं कर सकते जबकि वर्कशीटां नूं वर्कबुक विच जोड़िया जा सकता है। नंबर चार
वर्कबुक नूं डॉट एक्सएलएस या डॉट एक्सएलएसएक्स एक्सटेंशन नाल सेव किया जाता है। पहले भी दसिया तुहानूं कि एक्सल की फाइल में जो असं सेव करते हैं तो उसकी एक्सटेंशन डॉट एक्सएलएस या डॉट एक्सएलएसएक्स होंदी है। राइट साइड से वर्कबुक तो बिना वर्कशीट सेव नहीं की जा सकती। नंबर पांच, एक वर्कबुक विच कोई होर वर्कबुक जोड़ना कोई आसान काम नहीं। एक वर्कबुक कोई वर्कबुक विच कोई होर वर्कबुक जोड़नी है वो असं नहीं जोड़ सकते, जबकि वर्कबुक विच वर्कशीटा जोड़ना आसान है। तो अज लिए इन्ना ही, अगली बारी फिर किसी नवे टॉपिक ना मिलेंगे। जेकर तुहाडी कोई क्वेरी है तो तुसी कमेंट सैक्शन च पूछ सकते हो, जां अपने कंप्यूटर अध्यापक की मदद ले सकते हो। धन्यवाद।